अज असी चनार तो शूट कर रहे थे अपने वरिंद्रपाल का ही पिंड असं पहले लोकेशन देखने आए थे उन्हों की अपनी मोटर है ये बहुत सोहना माहौल है पिछे इतने जी बहुत लगता है सूरज सामना औखा सी गर्मी के शूट करना क्योंकि सारी शूट आउटडोर सी टैंपरेचर मैक्स 47 डिग्री तक चला गया सारे सीन से खेत की बोली वाले या खेत की नीलामी निशानदेही कर रहे हैं हो सारा कुछ उत्थे काफ़ी मुश्किल है बट सारा कुछ सही जा रहा कंट्रोल ये करके सारे चंगे एफर्ट करके रिजल्ट सही आ रहे उठ जा रहे थोड़ी प्रॉब्लम जरूर आ गई क्योंकि मोटर से शूट करते थे उत्थे मोटर वाले दे मीटर पे असी जिमी वाला जो मोनीटर से वो ऑन कर लिया तो जो ऑन किया पटाका पै गया तो फिर उरे कि पिंड चे तो लेने कितों अरेज नहीं हो रहा तो फिर पटियाले सरहद या चंडीगढ़ तो लैके आना तो फिर वो करके सू चंडीगढ़ तो दोबारा इतने मोनीटर लैके आना पे तो वो करके थोड़ा टाइम जरूर खराब हो गया बट सारा कुछ मैनेज करके टाइम से कम चल रहा है। एक सोशल इशू है किसान तो सीरी की लाइफ बारे भी उन्होंने कि प्यार है तो किसान की जमीन बीजी आती है तो वो बारे है भी किसान कि प्यार करता है अपनी जमीन में जो जमीन बीजी आती है तो वो की चिट्टियां कालियां बड़ियां बड़ियां पब निकल गई वेख के गड्डियां चिट्टियां कालियां बड़ियां बड़ियां पब निकल गई वेख के गड्डियां सत श्रीकाल जी मैं थोड़ा अपना एनी विरक तो अब असी सवेर का शूट किया पिछले तुम देख सकते सैट लग्या होया बिरसार साली शूट करी जाते हैं नवी बिरयानी हैरियानी बूंदी असिस्टेंट है तो शूट बहुत वजिए चली जाता 2 दिन का स्केड्यूल है जी गाना लिखा मेरे वे वीरे ने मठ शेरों वाले ने तो उस तो बाद म्यूजिक है वे वीरे भिंदे वजरे का तो लोग दोनों में प्रेजेंट कर रही है आई होप यू लोग जो तुम्हें सारा कुछ वधिया लगेगा असल जट की कहानी दसी गई है भी जट हूँ की है वो ललकारे मारन वाला जट नहीं है नॉर्मल ਜਿਹਦਾ ਜ਼ਮੀਨ ਨਾਲ ਲਗਾ ਵਾ ਅਤੇ ਆਪਣੀ ਸੀਰੀ ਨਾਲ ਲਗਾ ਵਾ ਉਹਦੇ ਬਾਰੇ ਦੱਸਿਆ ਗਿਆ ਗਾਣੇ ਦਾ ਕੰਸੈਪਟ ਕੀ ਸੀਗਾ ਵੀ ਇੱਕ ਮਿਡਲ ਕਲਾਸ ਕਿਸਾਨ ਦੀ ਸਟੋਰੀ ਦਿਖਾਈ ਗਈ ਹੈ ਜਿਹਦਾ ਸ਼ੁਰੂ ਤੋਂ ਹੀ ਫਾਈਨੈਂਸ਼ੀਅਲੀ ਵੀਕ ਰਹਿੰਦਾ ਅਤੇ ਜਿਹਦੇ ਡੈਡ ਦੀ 30 ਉਮਰੇ ਡੈਥ ਹੋ ਜਾਂਦੀ ਹੈ ਅਤੇ ਹੋਰੋ ਹੋਰੋ ਕਰਜ਼ੇ ਦੇ ਵਿੱਚ ਹੁੰਦਾ ਸਾਰਾ ਅਤੇ ਕਿੱਦਾਂ ਸੀ ਵੀ ਉਹਨਾਂ ਨੇ ਇਮੋਸ਼ਨਲੀ ਸਪੋਰਟ ਕਰਤਾ ਦੋਨਾਂ ਦਾ ਬਹੁਤ ਵਧੀਆ ਫਾਊਂਡੇਸ਼ਨ ਦਿਖਾਈ ਗਈ ਹੈ ਅੱਧੀ ਉਮਰੇ ਬਾਪ ਗੁਜ਼ਰ ਗਿਆ ਕੈਂਸਰ ਦੇ ਨਾਲ ਲੜਦਾ ਕਹਿਰ ਗਰੀਬੀ ਵਾਲਾ ਐਮੀ ਬਾਈ ਨਾਲ ਸ਼ੁਰੂ ਦੀ ਅਟੈਚਮੈਂਟ ਰਹੀ ਆ ਅਤੇ ਸਭ ਇੱਕ ਦੂਜੇ ਨੂੰ ਬਹੁਤ ਵਧੀਆ ਸਮਝਦੇ ਨੇ ਸਾਰੇ ਟੀਮ ਮੈਂਬਰਸ ਨਾਲ ਉਹ ਕਾਫੀ ਪਹਿਲਾਂ ਵੀਡੀਓਜ਼ ਕਰ ਚੁੱਕੇ ਹਨ ਦੋ ਵੀਡੀਓ ਕਰ ਲਏ ਅਤੇ ਇਸ ਕਰਕੇ ਅਟੈਚਮੈਂਟ ਬਹੁਤ ਵਧੀਆ ਉਹਨਾਂ ਨਾਲ ਅਤੇ ਅੰਡਰਸਟੈਂਡ ਬਹੁਤ ਛੇਤੀ ਕਰਦੇ ਨੇ ਸਾਨੂੰ ਜਿਵੇਂ ਉਹਨਾਂ ਨੂੰ ਥੋੜ੍ਹਾ ਬਹੁਤਾ ਕਨਸੈਪਟ ਦੱਸਣ ਦੀ ਜ਼ਰੂਰਤ ਹੁੰਦੀ ਆ ਅਤੇ ਥੋੜ੍ਹਾ ਬਹੁਤਾ ਕਰੈਕਟਰ ਦੀ ਦੱਸਣ ਦੀ ਜ਼ਰੂਰਤ ਹੁੰਦੀ ਆ ਅਤੇ ਉਹ ਨਾਲ ਨਾਲ ਕੈਚ ਉਹ ਸ਼ਾਰਟ ਤੋਂ ਬਾਅਦ ਆਪਾਂ ਜਿਵੇਂ ਦੇ ਪਲਾਨ ਕੀਤੇ ਨੇ ਜੋ ਕਿ ਪਾਸ ਦਾ ਇੱਕ ਬੱਚੇ ਨਾਲ ਜੋ ਕਿ ਐਮੀ ਦਾ ਬਚਪਨ ਦਿਖਾਇਆ ਹੋਇਆ ਅੰਤਾਜ ਨਹੀਂ ਕਰ ਰਹੇ ਅਤੇ ਆਪ ਸੀਰੀ ਦਾ ਰੋਲ ਬਹੁਤ ਵਧੀਆ ਆਰਟਿਸਟ ਹਰਿੰਦਰ ਭੁੱਲਰ ਜੀ ਨੇ ਜਿਹਨਾਂ ਤੁਸੀਂ ਕਈ ਫਿਲਮਾਂ 'ਚ ਦੇਖਿਆ ਹੋਊਗਾ ਬਹੁਤ ਵਧੀਆ ਆਰਟਿਸਟ ਨੇ ਅਤੇ ਸਾਨੂੰ ਉਹਨਾਂ ਨਾਲ ਕੰਮ ਕਰਕੇ ਬਹੁਤ ਵਧੀਆ ਲੱਗ ਰਿਹਾ ਬਹੁਤ ਸੋਹਣਾ ਪਲੋਟ ਹੋਇਆ ਗਾਣਾ ਬਹੁਤ ਸੋਹਣਾ ਐਮੀ ਭਾਈ ਨੇ ਬਹੁਤ ਵਧੀਆ ਗਾਇਆ ਹੋਇਆ ਮਿਊਜ਼ਿਕ ਬਹੁਤ ਸੋਹਣਾ ਬਣਾਇਆ ਧੰਨਵਾਦ ਮੇਰਾ ਹੱਥੀ ਲਾਏ ਉਦ ਡਾਲੀਆਂ ਲੱਗਿਆ ਜਿਵੇਂ ਬਲਾਉਂਦੇ ਹੜ ਮਹੀਨੇ ਹੇਠ ਜਿੰਨਾ ਦੇ ਰਹੇ ਮੰਜੀਆਂ ਡਾਉਂਦੇ ਦੁੱਖ ਸੁੱਖ ਦੀ ਸਾਂਝਣ ਬੰਬੀ ਵੀ ਦੁੱਖ ਸੁੱਖ ਦੀ ਸਾਂਝਣ ਬੇਸਿਕਲੀ ਇਹ ਗਾਣੇ ਦਾ ਮੋਟਿਵ ਲੋਕਾਂ ਨੂੰ ਅਵੇਅਰ ਕਰਨਾ ਵੀ ਕਿੱਦਾਂ ਕਾਹਤੋਂ ਲੋਕ ਸੁਸਾਈਡ ਕਰਦੇ ਆ ਕਿਹੜੇ ਕਿਹੜੇ ਕਾਰਨ ਆ ਅਤੇ ਇਹ ਗਾਣਾ ਕੀਤਾ ਹੀ ਉਸ ਬੇਸਿਸ 'ਤੇ ਆ ਪੈਂਦਾ ਸੈਂਸ ਮਿਡਲ ਕਲਾਸ ਫੈਮਿਲੀ ਦਾ ਬੰਦਾ ਹੁੰਦਾ ਉਹਦੇ ਸਿਰ 'ਤੇ ਕਰਜ਼ਾ ਹੁੰਦਾ ਫਿਰ ਉਹ ਕਹਿੰਦਾ ਕਿਹੜੇ ਕਿਹੜੇ ਰੀਜ਼ਨਸ ਕਰਕੇ ਸੁਸਾਈਡ ਕਰਨਾ ਹੁਣ ਇੱਥੇ ਆ ਕੇ ਉਹਨੇ ਕਰਜ਼ਾ ਸੀਗਾ ਉਹਦਾ ਮੇਨ ਇਸ਼ੂ ਦਿਖਾਇਆ ਗਿਆ ਆਪਾਂ ਕਰਜ਼ੇ ਦਾ ਵੀ ਉਹਦੀ ਖੇਤ ਦੀ ਬੋਲੀ ਲੱਗ ਰਹੀ ਆ ਕਰਜ਼ੇ ਦੇ ਕਰਕੇ ਉਹਦੀ ਖੇਤ ਦੀ ਬੋਲੀ ਲੱਗ ਰਹੀ ਆ ਅਤੇ ਲਾਲੇ ਪਾਣੀ ਆ ਉਹਦੇ ਇੱਥੇ ਇਕੱਠੇ ਹੋ ਕੇ ਹੋਰ ਜਥੇਦਾਰ ਦੂਜੇ ਵੀ ਕਈ ਜਣਿਆਂ ਨੇ ਜ਼ਮੀਨਾਂ ਖਰੀਦਣੀਆਂ ਹੁੰਦੀਆਂ ਉਹ ਪਹੁੰਚਦੇ ਆ ਅਤੇ ਫਿਰ ਇੱਕ ਇਮੋਸ਼ਨਲ ਅਟੈਚਮੈਂਟ ਰਖਾਈ ਆ ਪੂਰੀ ਇੱਕ ਸੀਰੀ ਦੀ ਸੀਰੀ ਜਿਹਨੂੰ ਆਪਾਂ ਨੌਕਰ ਕਹਿ ਦਿੰਦੇ ਹਾਂ ਕਿਸਾਨ ਦਾ ਕਿਸਾਨ ਦੇ ਨਾਲ ਕਿਉਂਕਿ ਬਹੁਤੀਆਂ ਗੱਲਾਂ ਇੱਕ ਜਿਹੜਾ ਮਤਲਬ ਆਦਮੀ ਹੁੰਦਾ ਇੱਕ ਨਾ ਆਪਣੇ ਘਰ ਵਾਲੇ ਨਾਲ ਨਹੀਂ ਸ਼ੇਅਰ ਕਰਦਾ ਜਿੰਨੀਆਂ ਕਿਉਂਕਿ ਉਹਨੇ ਜ਼ਿਆਦਾ ਟਾਈਮ ਆਪਣੇ ਸੀਰੀ ਨਾਲ ਸਪੈਂਡ ਕਰਨਾ ਹੁੰਦਾ ਦਿਨ ਦਾ ਅਤੇ ਉਹ ਫਿਰ ਜਿਹੜਾ ਟਾਈਮ ਉਹਦੇ ਨਾਲ ਸਪੈਂਡ ਕਰਦਾ ਅਤੇ ਉਹ ਬਹੁਤੀਆਂ ਗੱਲਾਂ ਆਪਣੇ ਸੀਰੀ ਨਾਲ ਸ਼ੇਅਰ ਕਰਦਾ ਹੁੰਦਾ
तो बस ये सीरीज से मतलब एक किसान की अटैचमेंट रखाई गई आपस तो ये गाने के लाइक तुम बहुत कुछ वधिया लगेगा शूटिंग चलती पी पीछे देख सकते सैट लगे हुआ तो बाकी शूट चली जाता तो होपफुल बेस्ट तुहानू सारे वीडियो पसंद आऊगा तो बबुआ की गीता बबुआ।